ਤੇ ਹੁਣ ਗੱਲ ਕਰਾਂਗੇ ਕੁਝ ਬਹੁਤ ਹੀ ਅਹਿਮ ਸਰਗਰਮੀਆਂ ਦੇ ਬਾਰੇ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ ਦੇ ਉੱਤੇ ਐਸਜੀਪੀਸੀ ਦਾ ਤਿੱਖਾ ਪ੍ਰਤੀਕਰਮ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਵੇਂਵਾਦ ਦੇ ਵਿੱਚ کہہ ਚੁੱਕੇ ਅਮਰੀਕਾ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਭਾਸ਼ਣ ਦਿੰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਟਿੱਪਣੀ ਕੀਤੀ ਸੀ ਜਿਸਮਾ ਗਰੋਹ ਸਿਆਸੀ ਵਿਰੋਧੀ ਅਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਨਿਸ਼ਾਨੇ ਦੇ ਉੱਤੇ ਆਕਰੇ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਜੋ ਭਾਰਤ ਜੋੜੋ ਯਾਤਰਾ ਕੀਤੀ ਹੈ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਯਾਤਰਾ ਦੀ ਤੁਲਨਾ ਦੇ ਵਿੱਚ ਕੁਝ ਵੀ ਨਹੀਂ ਸੁਨਾ ਕਿ ਆ ਕਿ ਮਹਾਪੁਰਸ਼ ਸਾਡੇ ਜਨਮ ਤੋਂ ਹੀ ਪਹਿਲਾਂ ਭਾਰਤ ਜੋੜੋ ਯਾਤਰਾ ਕਰ ਚੁੱਕੇ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਇਹਨਾਂ ਜ਼ਿਲ੍ਹੇ ਲਈ ਜਾਰੀ ਕੀਤਾ येलो ਅਲਰਟ ਗਰਜ ਚਮਕ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਖੇ ਆਉਣ ਵਾਲੇ 5 ਦਿਨਾਂ ਦੇ ਲਈ ਭਵਿੱਖਬਾਣੀ ਕੀਤੀ ਗਈ ਕਿ ਮੌਸਮ ਕਿਵੇਂ ਦਰੇਗਾ ਮੌਸਮ ਵਿਭਾਗ ਦੇ ਵੱਲੋਂ 1 ਜੂਨ ਦੇ ਲਈ ਪੰਜਾਬ ਦੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਗਿਆ ਜਿ세 ਮੁਤਾਬਕ 1 ਜੂਨ 2023 ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਗਰਜ ਚਮਕ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਇਸ ਤੋਂ ਇਲਾਵਾ 2 3 4 ਅਤੇ 5 ਜੂਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਭਵਿੱ ਬ੍ਰਿਜ ਪੂਸ਼ਨ ਸ਼ਰਨ ਸਿੰਘ ਦਾ ਵੱਡਾ ਬਿਆਨ ਜੇ ਇੱਕ ਵੀ ਦੋਸ਼ ਸਾਬਿਤ ਹੋਇਆ ਤਾਂ ਖੁਦ ਵਫਾਖੇ ਤੇ ਲੜਕ ਚਾਵਾਂਗਾ ਭਾਰਤੀ ਕੁਸ਼ਤੀ ਸੰਘ ਦੇ ਰਾਸ਼ਟਰੀ ਪ੍ਰਧਾਨ ਅਤੇ ਪਾਜਪਾ ਸੰਸਦ ਬ੍ਰਿਜ ਪੂਸ਼ਨ ਸ਼ਰਨ ਸਿੰਘ ਵੀਰਵਾਰ ਨੂੰ 12 ਬੰਕੀ ਪਹੁੰਚੇ ਉਹਨਾਂ ਨੇ ਰਾਮਨਗਰ ਵਿਧਾਨ ਸਭਾ ਦੇ ਹਲਕੇ ਮਹਾਦੇਵਾ ਔਡੀਟੋਰੀਅਮ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਜੁਰਾਂ ਨੂੰ ਉਹਨਾਂ ਨੇ ਇੱਕ ਵਾਰ ਫਿਰ ਪਹਿਲਵਾਨਾਂ ਦੇ ਦੋਸ਼ਾਂ ਤੇ ਪਲਟਵਾਰ ਕੀਤਾ ਬ੍ਰਿਜ ਪੂਸ਼ਨ ਨੇ ਕਿਹਾ ਕਿ ਰੱਬ ਚਾਹੁੰਦਾ ਹੈ ਕਿ ਮੈਂ ਕੋਈ ਵੱਡਾ ਕੰਮ ਕਰਾਂ ਇਸ ਲਈ ਮੇਰੇ ਤੇ ਦੋਸ਼ ਲਾਈ ਜਾ ਰਹੇ ਨੇ ਇੰਨਾ ਕਿ ਨਹੀਂ ਸਕੋ ਪਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਗੰਗਾ ਦੇ ਵਿੱਚ ਗਰਾਇਆ ਕਿ ਜੇਕਰ ਮੇਰੇ ਉੱਪਰ ਕੋਈ ਵੀ ਦੋਸ਼ ਸੱਚਾ ਸਾਬਿਤ ਹੁੰਦਾ ਤਾਂ ਮੈਂ ਖੁਦ ਨਫਾਸੀ ਦੇ ਉੱਤੇ ਲਟਕਾ ਦਵਾਂਗਾ ਭਗਵੰਤ ਮਾਨ ਦੇ ਵੱਲੋਂ ਕੇਂਦਰ ਦੀ Z+ ਰੱਖਿਆ ਤੋਂ ਕੋਰੀ ਨਾ ਸੀਐਮ ਸਿਕਿਉਰਿਟੀ ਨੇ ਕੇਂਦਰ ਨੂੰ ਲਿਖਿਆ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੇਂਦਰ ਦੀ Z+ ਰੱਖਿਆ ਲੈਣ ਤੋਂ ਕੋਰੀ ਨਾ ਕਰ ਦਿੱਤੀ ਗਈ ਹੈ ਸੀਮਾਨੀਆਕੇ ਕੇ Z+ ਰੱਖਿਆ ਦੀ ਕੋਈ ਲੋੜ ਨਹੀਂ ਹੈ ਸਬੰਧੀ ਸੀਐਮ ਸਿਕਿਉਰਿਟੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਕੇਂਦਰ ਦੀ Z+ ਰੱਖਿਆ ਦੀ ਕੋਈ ਵੀ ਲੋੜ ਨਹੀਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਅਤੇ ਦਿੱਲੀ ਦੇ ਵਿੱਚ ਕੇਂਦਰ ਦੀ Z+ ਰੱਖਿਆ ਦੀ ਕੋਈ ਵੀ ਲੋੜ ਨਹੀਂ ਹੈ ਦੱਸਦੀ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਸ਼ ਅਤੇ ਵਿਦੇਸ਼ ਤੋਂ ਸੰਭਾਵੀ ਖਤਰੇ ਨੂੰ ਦੇਖਦੇ ਉਹਨਾਂ ਨੂੰ Z+ ਰੱਖਿਆ ਦਿੱਤੀ ਸੀ 49 ਸਾਲਾਂ ਭਗਵੰਤ ਮਾਨ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ VIP ਸੁਰੱਖਿਆ ਦਸਤੇ ਦੇ ਵੱਜੋਂ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਸੀ ਪਰ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਅਸੀਂ ਆਪਣੇ ਰਿਸ਼ਤਿਆਂ ਨੂੰ ਹਿਮਾਲਿਆ ਦੀਆਂ ਉਚਾਈਆਂ ਤੇ ਲਿਜਾਣ ਲਈ ਕੰਮ ਕਰ ਰਹੇ ਹਾਂ ਪੀਐਮ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨੇਪਾਲੀ ਹਮਰਤਬਾ ਪੁਸ਼ਪਕਮਲ ਤਖਲ ਪਰ ਚੰਡ ਦੇ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਨੇਪਾਲ ਆਪਣੇ ਦਵੱਲੇ ਸਬੰਧਾਂ ਨੂੰ ਹਿਮਾਲਿਆ ਦੀਆਂ ਉਚਾਈਆਂ ਤੇ ਲੈ ਜਾਣਾ ਅਤੇ ਸਰਹੱਦੀ ਮੁੱਦੇ ਸਮੇਤ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦਿੱਤੇ ਬਿਆਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਪ੍ਰਚੰਡ ਨੇ ਭਵਿੱਖ ਦੇ ਵਿੱਚ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਸੁਪਰ ਹਿੱਟ ਬਣਾਉਣ ਦੇ ਲਈ ਕਾ ਮਹੱਤਵਪੂਰਨ ਫ ਤੌਰ ਤੇ ਉੱਤੇ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਦੋਵਾਂ ਪੱਖਾਂ ਨੇ ਵਪਾਰ ਅਤੇ ਊਰਜਾ ਸਮੇਤ ਕਈ ਖੇਤਰਾਂ ਦੇ ਵਿੱਚ ਸਹਿਯੋਗ ਵਧਾਉਣ ਦੇ ਲਈ ਸੱਤ ਸਮਝੌਤਿਆਂ ਤੇ ਦਸਤਖਤ ਕੀਤੇ ਦੋਵਾਂ ਨੇਤਾਵਾਂ ਨੇ ਭਾਰਤ ਦੇ ਵਿੱਚ ਰੁਪਈ ਡੀਹਾ ਅਤੇ ਨੇਪਾਲ ਦੇ ਵਿੱਚ ਨੇਪਾਲ ਗੰਜ ਵਿਖੇ ਕੀਤੇ ਚੱਕ ਪੋਸਟਾਂ ਉੱਤੇ ਡਿਜੀਟਲ ਰੂਪ ਦੇ ਵਿੱਚ ਉਠਗਾਟਨ ਕੀਤਾ